ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਆਪਣਾ ਅੱਜ ਦਾ ਵਲੋਗ ਹੈ ਜੀ, ਇਹ ਹੈ ਆਪਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ, ਜੋ ਆਪਾਂ ਜਨਮ ਦਿਹਾੜਾ ਹਰ ਸਾਲ ਮਨਾਉਂਦੇ ਹਾਂ ਉਸ 'ਤੇ ਹੈ। ਅਤੇ ਸਾਰੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਯੂਟਿਊਬ 'ਤੇ। ਲਓ ਜੀ, ਸਾਰਿਆਂ ਨਾਲੋਂ ਪਹਿਲਾਂ ਉੱਠੇ ਅਤੇ ਆਪਾਂ ਸਾਰਿਆਂ ਨਾਲੋਂ ਪਹਿਲਾਂ ਤਿਆਰੀ ਸ਼ੁਰੂ ਕੀਤੀ ਅਤੇ ਫਿਟਿੰਗ ਕੀਤੀ ਸਪੀਕਰਾਂ ਦੀ ਆਪਾਂ, ਅਤੇ ਹੁਣ ਸ਼ੁਰੂਆਤ ਹੋ ਚੁੱਕੀ ਸੀ। ਇੱਧਰ ਬੀਬੀਆਂ ਜੋ ਲੰਗਰ ਦੀ ਤਿਆਰੀ ਸ਼ੁਰੂ ਕਰਤੀ ਸੀ, ਜੋ ਲੰਗਰ ਬਣਾਉਣਾ ਸੀਗਾ ਉਸ ਦੀ ਸਾਰੀ ਤਿਆਰੀ ਚੱਲ ਰਹੀ ਸੀ। ਅਤੇ ਕੁਝ ਸੇਵਾਦਾਰ ਅੰਦਰ ਪਾਲਕੀ ਸਾਹਿਬ ਦੀ ਸਜਾਵਟ ਕਰ ਰਹੇ ਸੀਗੇ, ਜੋ ਰੂਮ ਆਪਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਉਣਾ ਸੀਗਾ, ਉਸ ਰੂਮ ਦੀ ਤਿਆਰੀ ਚੱਲ ਰਹੀ ਸੀ। ਸਾਰੇ ਸੇਵਾਦਾਰ ਆਪੋ ਆਪਣੀਆਂ ਡਿਊਟੀਆਂ 'ਤੇ ਸੇਵਾ ਕਰ ਰਹੇ ਸੀਗੇ, ਬਹੁਤ ਹੀ ਵਧੀਆ। ਅਤੇ ਬਾਬਾ ਜੀ ਆਪਣੀ ਦੇਗ ਤਿਆਰ ਕਰ ਰਹੇ ਸੀਗੇ, ਸਾਰੇ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਆਪਣੀ ਸੇਵਾ ਦੀ ਡਿਊਟੀ ਨਿਭਾ ਰਹੇ ਸੀ। ਜੋ ਜੋ ਡਿਊਟੀਆਂ ਆਪੋ ਆਪਣੀਆਂ ਲੱਗੀਆਂ ਸੀ, ਬਾਬਾ ਜੀ ਆਪਣੀ ਦੇਗ ਤਿਆਰ ਕਰ ਰਹੇ ਸੀਗੇ। ਅਤੇ ਉੱਧਰੋਂ ਆਪਣਾ ਜੋ ਰੂਮ ਸੀ ਉਹ ਬਿਲਕੁਲ ਰੈਡੀ ਹੋ ਚੁੱਕਿਆ ਸੀ, ਗਲੀਚੇ ਵਗੈਰਾ ਵੀ ਚੁੱਕੇ ਸੀ, ਅਤੇ ਪਾਲਕੀ ਸਾਹਿਬ ਰੈਡੀ ਸੀਗੀ, ਅਤੇ ਇੱਧਰ ਆਪਣਾ ਹਰਜਪ ਸੰਧੂ ਵੀ ਰੈਡੀ ਹੋ ਕੇ ਆ ਰਿਹਾ ਸੀ, ਅਤੇ ਲਹਿੰਗਾ ਪਾ ਕੇ ਥੋੜ੍ਹਾ ਜਿਹਾ ਨੱਚ ਰਿਹਾ ਸੀਗਾ। ਅਤੇ ਲੋਬੀ ਦੇ ਵਿੱਚ ਜੋ ਵਿਛਾਈ ਕਰਨੀ ਸੀ ਹੁਣ ਉਹ ਵਿਛਾਈ ਚੱਲ ਰਹੀ ਸੀਗੀ। ਤਿਆਰੀ ਕਾਫੀ ਜ਼ਿਆਦਾ ਹੋ ਜਾਂਦੀ ਹੈ, ਅਤੇ ਅਸੀਂ ਸੁਬਹਾ ਤੋਂ ਹੀ ਇਹ ਤਿਆਰੀ ਕਰਨ ਲੱਗ ਪਏ ਸੀਗੇ। ਅਤੇ ਸਾਰੇ ਸੇਵਾਦਾਰ ਹੁਣ ਆਉਣੇ ਸਟਾਰਟ ਹੋ ਚੁੱਕੇ ਸੀਗੇ, ਸਾਰੀ ਸੰਗਤ ਪਹੁੰਚ ਰਹੀ ਸੀ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜਾ ਦੀ ਸਵਾਰੀ ਲੈਣ ਲਈ ਜਾਣਾ ਸੀ। ਅਤੇ ਕੁਝ ਸੇਵਾਦਾਰ ਅੰਦਰ ਫੁੱਲਾਂ ਦੀ ਤਿਆਰੀ ਕਰ ਰਹੇ ਸੀਗੇ, ਕੁਝ ਸੇਵਾਦਾਰ ਜੋ ਰਸਤੇ ਵਿੱਚ ਬੋਕਰ ਮਾਰ ਕੇ ਅਤੇ ਕਲੀ ਵਗੈਰਾ ਦੀ ਸੇਵਾ ਕਰ ਚੁੱਕੇ ਸੀ। ਅਤੇ ਹੁਣ ਅਸੀਂ ਪਹੁੰਚ ਚੁੱਕੇ ਸੀਗੇ ਗੁਰਦੁਆਰਾ ਸਾਹਿਬ ਮਹਾਰਾਜ ਜੀ ਦੀ ਸਵਾਰੀ ਲੈਣ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈਣ ਲਈ। ਅਤੇ ਹੁਣ ਆਪਾਂ ਉੱਥੋਂ ਸਵਾਰੀ ਲੈ ਕੇ ਵਾਪਸ ਚੱਲ ਪਏ ਸੀਗੇ। ਸਾਰੇ ਜਾਣੇ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਆਪਾਂ ਸਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੈ ਕੇ ਆਪਣੇ ਘਰ ਵੱਲ ਨੂੰ ਚੱਲ ਪਏ ਸੀਗੇ। ਸਾਰੇ ਬਹੁਤ ਹੀ ਆਦਰ ਸਤਿਕਾਰ ਨਾਲ ਸਤਨਾਮ ਵਾਹਿਗੁਰੂ ਦਾ ਨਾਮ ਜਪ ਰਹੇ ਸੀਗੇ। ਅਤੇ ਅਸੀਂ ਆਪਣੀ ਸਵਾਰੀ ਲੈ ਕੇ ਇਸੇ ਤਰ੍ਹਾਂ ਹੁਣ ਅਸੀਂ ਆਪਣੇ ਘਰ ਦਾ ਸਫ਼ਰ ਤੈਅ ਕਰ ਰਹੇ ਸੀ। ਅਤੇ ਰਸਤੇ ਵਿੱਚ ਜੋ ਵੀ ਸੰਗਤ ਸਾਨੂੰ ਮਿਲ ਰਹੀ ਸੀ ਉਹ ਬਹੁਤ ਗੁਰੂ ਜੀ ਦਾ ਆਦਰ ਸਤਿਕਾਰ ਕਰ ਰਹੀ ਸੀ ਅਤੇ ਝੁੱਕ ਕੇ ਨਮਸਕਾਰ ਕਰ ਰਹੀ ਸੀ। ਅਤੇ ਅਸੀਂ ਹੁਣ ਬਿਲਕੁਲ ਘਰ ਦੇ ਨਜ਼ਦੀਕ ਪਹੁੰਚਣ ਵਾਲੇ ਸੀ, ਕਿਉਂਕਿ ਗੁਰਦੁਆਰਾ ਘਰ ਤੋਂ ਕਾਫੀ ਦੂਰ ਪੈ ਜਾਂਦਾ ਹੈ। ਅਤੇ ਸਾਰੇ ਸੇਵਾਦਾਰ ਬਹੁਤ ਹੀ ਤਨ ਮਨ ਨਾਲ ਇਹ ਸੇਵਾ ਨਿਭਾ ਰਹੇ ਸੀ ਕਿ ਅਸੀਂ ਮਹਾਰਾਜ ਜੀ ਦੀ ਸਵਾਰੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਜਾ ਰਹੇ ਹਾਂ। ਅਤੇ ਹੁਣ ਅਸੀਂ ਘਰ ਪਹੁੰਚ ਚੁੱਕੇ ਸੀ ਅਤੇ ਸਾਡੇ ਆਉਣ ਤੋਂ ਪਹਿਲਾਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਸੀ, ਅਤੇ ਸਾਰੇ ਜਾਣੇ ਗੁਰੂ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਵੈਲਕਮ ਕਰਨ ਲਈ ਫੁੱਲ ਲੈ ਕੇ ਖੜ੍ਹੇ ਹੋਏ ਸੀ। ਸਾਰਿਆਂ ਨਾਲੋਂ ਪਹਿਲਾਂ ਅਸੀਂ ਤੇਲ ਚੋ ਕੇ ਗੁਰੂ ਜੀ ਦਾ ਵੈਲਕਮ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਅਤੇ ਸਾਰੀ ਸੰਗਤ ਦੇ ਵਿੱਚ ਇੱਕ ਬਹੁਤ ਖੁਸ਼ੀ ਸੀਗੀ ਅਤੇ ਬਹੁਤ ਜ਼ਿਆਦਾ ਸ਼ਰਧਾ ਸੀ। ਅਤੇ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਆਪਣੇ ਘਰ ਪਹੁੰਚ ਚੁੱਕੇ ਸੀਗੇ। ਸਾਡੇ ਲਈ ਬਹੁਤ ਹੀ ਸ਼ੁਭ ਦਿਨ ਹੁੰਦਾ ਹੈ ਜਿਸ ਦਿਨ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਾਡੇ ਹਰ ਇੱਕ ਸਾਲ ਤੋਂ ਬਾਅਦ ਫਿਰ ਸਾਡੇ ਘਰ ਵਿੱਚ ਆਪਣੇ ਦਰਸ਼ਨ ਦੇਣ ਲਈ ਅਸੀਂ ਲੈ ਕੇ ਆਉਂਦੇ ਹਾਂ। ਅਤੇ ਸਾਰੇ ਜਾਣੇ ਬਹੁਤ ਹੀ ਸਾਡਾ ਸਾਥ ਦਿੰਦੇ ਹਨ ਇਸ ਚੀਜ਼ ਦੇ ਵਿੱਚ। ਅਸੀਂ ਸਾਰੇ ਸੇਵਾਦਾਰ ਆਪਣੀ ਸੇਵਾ ਆਪਣੇ ਆਪਣੇ ਢੰਗ ਨਾਲ
ਕਰਦੇ ਆ, ਜਿਸ ਦੀ ਜੋ ਵੀ ਸ਼ਰਧਾ ਹੁੰਦੀ ਆ ਉਹ ਸੇਵਾ ਕਰਦੇ, ਅਤੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਸੀ, ਅਤੇ ਬਾਬਾ ਜੀ ਬਹੁਤ ਹੀ ਸ਼ਰਧਾ ਪੂਰਵਕ ਢੰਗ ਨਾਲ ਇਹ ਸਾਰੀ ਪ੍ਰਕਿਰਿਆ ਕਰ ਰਹੇ ਸੀਗੇ। ਰੁਮਾਲਾ ਸਾਹਿਬ ਵਗੈਰਾ ਦੀ ਸਾਰੀ ਜੋ ਸੈਟਿੰਗ ਬਾਬਾ ਜੀ ਆਪਣੇ ਤਰੀਕੇ ਨਾਲ ਬਹੁਤ ਹੀ ਸ਼ਰਧਾ ਪੂਰਵਕ ਢੰਗ ਨਾਲ ਕਰ ਦਿੱਤੀ ਸੀ, ਅਤੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੀ ਜੋ ਪ੍ਰਕਿਰਿਆ ਸੀ ਸਾਰੀ ਪੂਰੀ ਕਰ ਦਿੱਤੀ ਗਈ ਸੀ, ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਹੋ ਚੁੱਕਿਆ ਸੀ, ਅਤੇ ਬਾਬਾ ਜੀ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੀਗੀ। ਅਤੇ ਇਸ ਤੋਂ ਬਾਅਦ ਹੁਣ ਕੁਝ ਬਾਬਾ ਜੀ ਦੇਗ ਵਰਤਾ ਰਹੇ ਸੀਗੇ, ਅਰਦਾਸ ਉਪਰੰਤ ਦੇਗ ਵਰਤੀ, ਅਤੇ ਹੁਣ ਇਸ ਤੋਂ ਬਾਅਦ ਲੰਗਰ ਛਕਾਇਆ ਜਾਣਾ ਸੀ, ਅਤੇ ਅਸੀਂ ਸਾਰੇ ਜਾਣੇ ਲੰਗਰ ਦੀ ਤਿਆਰੀ ਕਰਨ ਲੱਗ ਗਏ, ਅਤੇ ਸਾਰੀ ਸੰਗਤ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਸੇਵਾ ਕਰ ਰਹੀ ਸੀਗੀ। ਕੋਈ ਲੰਗਰ ਦੀ ਸੇਵਾ ਕਰ ਰਿਹਾ ਸੀਗਾ ਪਕਾਉਣ ਦੀ, ਕੋਈ ਵਰਤਾਉਣ ਦੀ, ਸਾਰੀ ਸੰਗਤ ਨੇ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਬੈਠ ਕੇ ਲੰਗਰ ਛਕਿਆ, ਅਤੇ ਹੁਣ ਸਾਰੀ ਸੰਗਤ ਲੰਗਰ ਛਕ ਰਹੀ ਸੀਗੀ। ਸਾਰੇ ਸੇਵਾਦਾਰ ਬਹੁਤ ਹੀ ਸੁਚੱਜੇ ਢੰਗ ਨਾਲ ਸਾਰੀ ਸੰਗਤ ਨੂੰ ਲੰਗਰ ਛਕਾ ਰਹੇ ਸੀਗੇ, ਅਤੇ ਸਾਰੇ ਸੇਵਾਦਾਰ ਬਹੁਤ ਜ਼ਿੰਮੇਵਾਰੀ ਨਾਲ ਆਪਣੀ ਸੇਵਾ ਨਿਭਾਉਂਦੇ ਹਨ, ਅਤੇ ਸਾਡੇ ਇਸ ਮੇਲੇ ਵਿੱਚ ਆਪਣਾ ਸਾਥ ਆਪਣੇ ਯੋਗਦਾਨ ਸੇਵਾ ਕਰਕੇ ਪਾਉਂਦੇ ਹਨ। ਅਤੇ ਹੁਣ ਇੰਨੇ ਦੇ ਵਿੱਚ ਸਾਡਾ ਜੋ ਡੈਕੋਰੇਸ਼ਨ ਵਾਲਾ ਅਤੇ ਸਾਊਂਡ ਵਾਲਾ ਸੀ ਉਹ ਆ ਚੁੱਕਿਆ ਸੀਗਾ, ਅਤੇ ਉਸਨੂੰ ਅਸੀਂ ਦੱਸਿਆ ਕਿ ਇੱਥੇ ਡੈਕੋਰੇਸ਼ਨ ਕਰਨੀ, ਇੱਦਾਂ ਇੱਦਾਂ ਸਾਊਂਡ ਫਿੱਟ ਕਰ ਦੇ, ਅਤੇ ਉਹ ਆਪਣੀ ਡੈਕੋਰੇਸ਼ਨ ਕਰਨੀ ਉਸਨੇ ਸਟਾਰਟ ਕਰ ਦਿੱਤੀ ਸੀਗੀ। ਅਤੇ ਅਸੀਂ ਬਾਹਰ ਜਿੱਥੇ ਆਪਣਾ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪੈਣ ਤੋਂ ਉਪਰੰਤ ਪ੍ਰੋਗਰਾਮ ਹੁੰਦਾ ਹੈ ਉੱਥੇ ਥੋੜ੍ਹਾ ਪਾਣੀ ਛਿੜਕ ਰਹੇ ਸੀਗੇ, ਅਤੇ ਉੱਧਰੋਂ ਬੀਬੀਆਂ ਨੇ ਲਗਭਗ ਸ਼ਾਮ ਦੇ ਲੰਗਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀਗੀ, ਅਤੇ ਲੜੀਆਂ ਦਾ ਕੰਮ ਲਗਭਗ ਕੰਪਲੀਟ ਹੋ ਚੁੱਕਿਆ ਸੀਗਾ, ਜੋ ਡੈਕੋਰੇਸ਼ਨ ਬਹੁਤ ਸੋਹਣੀ ਤਿਆਰ ਹੋ ਚੁੱਕੀ ਸੀ। ਅਤੇ ਉੱਧਰੋਂ 5 ਵਜੇ ਦੀ ਰੌਲ ਦੀ ਬਾਬਾ ਜੀ ਵੀ ਪਹੁੰਚ ਚੁੱਕੇ ਸੀਗੇ, ਅਤੇ ਬੀਬੀਆਂ ਆਪਣੀ ਸੇਵਾ ਨਿਭਾ ਰਹੀਆਂ ਸੀਗੀਆਂ, ਅਤੇ ਸੰਗਤ ਸਾਰੀ ਸੇਵਾ ਦੇ ਵਿੱਚ ਲੱਗੀ ਹੋਈ ਸੀ, ਅਤੇ ਸ਼ਾਮ ਦੇ ਲੰਗਰ ਦੀ ਤਿਆਰੀ ਚੱਲ ਪਈ ਸੀਗੀ, ਚੱਲ ਨਹੀਂ ਪਈ ਸੀ, ਲਗਭਗ ਲੰਗਰ ਸਟਾਰਟ ਹੋ ਚੁੱਕਿਆ ਸੀਗਾ। ਅਤੇ ਇਸ ਉਪਰੰਤ ਬਾਬਾ ਜੀ ਨੇ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਅਤੇ ਆਰਤੀ ਕੀਤੀ, ਅਸੀਂ ਸਾਰੇ ਪਰਿਵਾਰ ਨੇ ਸਾਰੇ ਸੇਵਾਦਾਰਾਂ ਨੇ ਬੈਠ ਕੇ ਰਹਿਰਾ ਸਾਹਿਬ ਜੀ ਦਾ ਪਾਠ ਸੁਣਿਆ, ਅਤੇ ਉਸਦੇ ਉਪਰੰਤ ਬਾਬਾ ਜੀ ਨੇ ਆਰਤੀ ਦੀ ਜੋ ਪ੍ਰਕਿਰਿਆ ਹੁੰਦੀ ਹੈ ਆਰਤੀ ਕੀਤੀ, ਉਹ ਤੋਂ ਬਾਅਦ ਬਾਬਾ ਜੀ ਨੇ ਅਰਦਾਸ ਕੀਤੀ, ਅਤੇ ਹੁਣ ਸਾਰੀ ਸੰਗਤ ਲੰਗਰ ਛਕਣ ਲਈ ਪੰਗਤਾਂ ਵਿੱਚ ਬੈਠ ਚੁੱਕੀ ਸੀ, ਅਤੇ ਸੇਵਾਦਾਰ ਸਾਰੀ ਸੰਗਤ ਨੂੰ ਰਾਤ ਦਾ ਜੋ ਲੰਗਰ ਸੀ ਉਹ ਛਕਾ ਰਹੇ ਸੀ, ਅਤੇ ਹੁਣ ਲਾਸਟ 'ਤੇ ਸੇਵਾਦਾਰਾਂ ਦੀ ਵਾਰੀ ਸੀਗੀ। ਸੇਵਾਦਾਰਾਂ ਨੇ ਵੀ ਆਪਣਾ ਲੰਗਰ ਪ੍ਰਸ਼ਾਦਾ ਛਕਿਆ, ਅਤੇ ਬੀਬੀਆਂ ਸਾਰੇ ਬਰਤਨ ਵਗੈਰਾ ਸਾਫ਼ ਕਰ ਰਹੀਆਂ ਸੀ, ਅਤੇ ਆਪਣੀ ਸੇਵਾ ਦੇ ਵਿੱਚ ਹਿੱਸਾ ਪਾ ਰਹੀਆਂ ਸੀਗੀਆਂ। ਉਸ ਤੋਂ ਬਾਅਦ ਹੁਣ ਅਸੀਂ ਸਾਰੇ ਪਰਿਵਾਰ ਨੇ ਬੈਠ ਕੇ ਕੁਝ ਸਮਾਂ ਫਿਰ ਗੁਰਬਾਣੀ ਸੁਣੀ, ਅਤੇ ਹੁਣ ਪ੍ਰਤਾਪ ਸਿੰਘ ਨੇ ਥੋੜ੍ਹੀ ਜਿਹੀ ਚੌਰ ਸਾਹਿਬ ਦੀ ਸੇਵਾ ਕੀਤੀ, ਕਿਉਂਕਿ ਉਸਨੂੰ ਚੌਰ ਸਾਹਿਬ ਦੀ ਸੇਵਾ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ, ਇਹ ਹਰ ਪਾਠ 'ਤੇ ਬਹੁਤ ਸਾਰੀ ਸੇਵਾ ਕਰਦਾ ਹੈ ਚੌਰ ਸਾਹਿਬ ਦੀ। ਇਹ ਸੀ ਆਪਣੇ ਪਹਿਲੇ ਦਿਨ ਦਾ ਸਾਰਾ ਵਲੋਗ, ਅਤੇ ਇਸੇ ਤਰ੍ਹਾਂ ਸਾਡੇ ਹੋਰ ਵਲੋਗ ਦੇਖਣ ਲਈ ਮੇਰੇ ਚੈਨਲ ਨੂੰ ਯੂਟਿਊਬ 'ਤੇ ਰਾਜਪ ਸੰਧੂ ਦੇ ਨਾਂ 'ਤੇ ਉਸਨੂੰ ਪਲੀਜ਼ ਸਬਸਕ੍ਰਾਈਬ ਕਰ ਲਓ, ਤਾਂ ਤੁਸੀਂ ਜੋ ਸਾਡੇ ਸਾਰੇ ਵਲੋਗ ਦੇਖ ਸਕੋ। ਧੰਨਵਾਦ।